ਇੱਕ ਇਨਸਾਨ ਜੋ ਨਸ਼ਾ ਤਸਕਰ ਆ ਨਾ ਤਾਂ ਲੁਧਿਆਣਾ ਪੁਲਿਸ ਨੂੰ ਪਤਾ ਉਸ ਦੇ ਬਾਰੇ ਨਾ ਤਾਂ ਖੰਨਾ ਪੁਲਿਸ ਨੂੰ ਪਤਾ ਉਸ ਦੇ ਬਾਰੇ ਜਿਸ ਦੇ ਨਾਲ ਫੋਟੋ ਵਾਇਰਲ ਹੋਈ ਹੈ ਨਸ਼ਾ ਤਸਕਰ ਦੇ ਨਾਲ ਬਹੁਤ ਸਾਰੇ ਸਿਆਸੀ ਲੀਡਰਾਂ ਦੀਆਂ ਵੀ ਫੋਟੋਆਂ ਉਸ ਦੇ ਨਾਲ ਬਹੁਤ ਸਾਰੇ ਹੋਰ ਕਲਾਕਾਰਾਂ ਦੀਆਂ ਫੋਟੋਆਂ ਵੀ ਹੈਗੀਆਂ ਰਣਜੀਤ ਬਾਵੇ ਨੂੰ ਕਿਉਂ ਜੋੜ ਕੇ ਦੇਖਿਆ ਜਾ ਰਿਹਾ ਇਕ ਕਰ ਦੇ ਨੇ ਕਿ ਸਰਕਾਰਾਂ ਹੀ ਨਸ਼ਾ ਜੋ ਨੇ ਉਹ ਵੀ ਕਾਉਂਦੀਆਂ ਨੇ ਸਰਕਾਰਾਂ ਦਾ ਹੀ ਇਸ ਦੇ ਪਿੱਛੇ ਹੱਥ ਹੈ ਕੀ ਲੱਗ ਰਿਹਾ ਕਿ ਜੋ ਸਰਕਾਰਾਂ ਨੂੰ ਸਿੱਧਾ ਹਿੱਟ ਕਰਦੇ ਨੇ ਕੋਈ ਇਹ ਆਪਣੀ ਕੋਈ ਰੰਜਿਸ਼ ਕੱਢ ਰਿਹਾ ਕੋਈ ਕਿਸੇ ਦੀ ਚਾਲ ਹੋ ਸਕਦੀ ਹੈ ਇਹ ਵੀ ਹੋ ਸਕਦਾ ਕਿ ਤੇ ਨਾ ਕਿਤੇ ਜਿਹੜਾ ਇਹ ਜਿਹੜੀ ਆ ਆਵਾਜ਼ ਜਿਹੜੀ ਇਹ ਹਮੇਸ਼ਾ ਬਲੰਦ ਆਵਾਜ਼ ਆ ਰਣਜੀਤ ਬਾਵੇ ਦੀ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿੰਗਰ ਵੀ ਪੱਤਰਕਾਰ ਦੀ ਨਿਗਾਹ ਦੇ ਨਾਲ ਦੇਖਦਾ ਕਿ ਜੋ ਕਿ ਪੰਜਾਬ ਦੇ ਵਿੱਚ ਮੁੱਦੇ ਆ ਸਿੰਗਰ ਵੀ ਉਹਨਾਂ ਚੱਕ ਸਕਦਾ ਤੇ ਜ਼ਰੂਰੀ ਨਹੀਂ ਪੱਤਰਕਾਰ ਹੀ ਇੱਕ ਜਿਹੜਾ ਮੁੱਦੇ ਨੂੰ ਚੱਕੇ ਫਿਰ ਸਿਰਫ ਬਾਰਬਰ ਰੋਇਸ ਵਾਲਾ ਕਿ ਰਣਜੀਤ ਬਾਵਾ ਨੂੰ ਹੀ ਕਿਉਂ ਨਿਸ਼ਾਨਾ ਜੋ ਹੈ ਉਹ ਇਸ ਚੀਜ਼ ਤੇ ਬਣਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਟੀਵੀ ਆ ਰਹੀ ਦੇਖ ਲਈ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇਕੋ ਕਲਾਕਾਰ ਜਿਸ ਦੀ ਕੀ ਪੰਜਾਬ ਦੇ ਵਿੱਚ ਇੱਕ ਵੱਖਰੀ ਪਛਾਣ ਹੈ ਲੋਕਾਂ ਦੇ ਦਿਲਾਂ ਤੱਕ ਉਸ ਦੀ ਪਹੁੰਚ ਹੈ ਜਦੋਂ ਉਸ ਦੀ ਇੱਕ ਤਸਵੀਰ ਇੱਕ ਅਜਿਹੇ ਸ਼ਖਸ ਦੇ ਨਾਲ ਵਾਇਰਲ ਹੁੰਦੀ ਹੈ ਜਿਸ ਦੇ ਜੋ ਜਾਣਕਾਰੀ ਹੈ ਉਹ ਨਾ ਤੇ ਖੰਨਾ ਪੁਲਿਸ ਨੂੰ ਹੁੰਦੀ ਹੈ ਤੇ ਨਾ ਹੀ ਲੁਧਿਆਣਾ ਪੁਲਿਸ ਨੂੰ ਪਰ ਜਦ ਉਸ ਵਿਅਕਤੀ ਦੇ ਨਾਲ ਉਸ ਉਸ ਕਲਾਕਾਰ ਦੀ ਤਸਵੀਰ ਵਾਇਰਲ ਹੁੰਦੀ ਹੈ ਤੇ ਉਹ ਸੁਰਖੀਆਂ ਦੇ ਵਿੱਚ ਆ ਜਾਂਦਾ ਹੈ ਵਿਵਾਦਾਂ ਦੇ ਵਿੱਚ ਘੇਰ ਜਾਂਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਜੋ ਸਾਰਾ ਮਾਮਲਾ ਹੈ ਜੋ ਸਾਰੀ ਘਟਨਾ ਵਾਪਰੀ ਹੈ ਇਸ ਦੇ ਪਿੱਛੇ ਕੀ ਕੋਈ ਸਿਆਸੀ ਖੇਡ ਹੈ ਜਾਂ ਫਿਰ ਕੋਈ ਹੋਰ ਰੰਜਿਸ਼ ਹੈ ਇਹ ਹੀ ਗੱਲ ਇਹ ਹੀ ਜਾਣਨ ਦੇ ਲਈ ਇਸੇ ਮੁੱਦੇ ਤੇ ਗੱਲਬਾਤ ਕਰਨ ਲਈ ਆ ਸਟੂਡੀਓ ਦੇ ਵਿੱਚ ਮੇਰੇ ਨਾਲ ਪਰਮਜੀਤ ਸਿੰਘ ਪੰਮਾ ਮੌਜੂਦ ਹੈ ਪਰਮਜੀਤ ਸਿੰਘ ਪੰਮਾ ਜੀ ਤੁਹਾਡੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜੋ ਰਣਜੀਤ ਬਾਵਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲਗਾਤਾਰ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਉਹ ਵਿਵਾਦਾਂ ਦੇ ਵਿੱਚ ਘਰ ਚੁੱਕੇ ਨੇ ਕੀ ਲੱਗ ਰਿਹਾ ਹੈ ਸਾਰਾ ਕੁਝ ਸਿਆਸੀ ਖੇਡ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ ਟੀਵੀ ਨਾਰੀ ਦੇਖ ਰਹੇ ਪੰਜਾਬ ਤੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਪਰਮਜੀਤ ਪੰਮੇ ਦੇ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਪੁਸ਼ਪਾ ਸੈਣੀ ਜੀ ਜਿਹੜਾ ਰਣਜੀਤ 바ਵਾ ਇੱਕ ਗਾਇਕ ਹੈਗਾ ਹੀ ਆ ਤੇ ਇਨਸਾਨ ਵੀ ਬਹੁਤ ਵਧੀਆ ਤੇ ਪੰਜਾਬ ਦਾ ਪੁੱਤਰ ਪੰਜਾਬ ਦੇ ਹੱਕਾਂ ਦੇ ਲਈ ਗੱਲ ਕਰਦਾ ਹਮੇਸ਼ਾ। ਕਈ ਵਾਰ ਅਸੀਂ ਦੇਖਿਆ ਅਖਾੜਿਆਂ ਦੇ ਵਿੱਚ ਵੀ ਔਰ ਆਪਣੇ ਕਿਸਾਨ ਰੋਸ ਪ੍ਰਦਰਸ਼ਨ ਜਿਹੜੇ ਧਰਨੇ ਹੁੰਦੇ ਉਹਨਾਂ ਦੇ ਵਿੱਚ ਵੀ ਗੱਲਬਾਤ ਕਰਦਾ। ਪੰਜਾਬ ਦੇ ਹੱਕਾਂ ਦੇ ਲਈ ਗੱਲ ਕਰਦਾ ਅਕਸਰ ਉਹਨਾਂ ਦੇ ਗਾਣਿਆਂ ਦੇ ਵਿੱਚ ਵੀ ਜਿਹੜਾ ਬਾਕੀ ਹਥਿਆਰਾਂ ਤੋਂ ਨਸ਼ਿਆਂ ਤੋਂ ਜਿਹੜਾ ਪਿੱਛੇ हट ਕੇ ਪੰਜਾਬ ਦੇ ਹੱਕਾਂ ਦੇ ਲਈ ਗੱਲ ਕੀਤੀ ਜਾਂਦੀ ਆ ਤੇ ਜਦੋਂ ਉਸ ਦੀ ਫੋਟੋ ਵਾਇਰਲ ਹੁੰਦੀ ਆ ਉਸ ਇਨਸਾਨ ਦੇ ਨਾਲ ਇੱਕ ਇਨਸਾਨ ਜੋ ਨਸ਼ਾ ਤਸਕਰ ਆ ਨਾ ਤਾਂ ਲੁਧਿਆਣਾ ਪੁਲਿਸ ਨੂੰ ਪਤਾ ਉਸ ਦੇ ਬਾਰੇ ਨਾ ਤਾਂ ਖੰਨਾ ਪੁਲਿਸ ਨੂੰ ਪਤਾ ਉਸ ਦੇ ਬਾਰੇ ਫੋਟੋ ਵਾਇਰਲ ਹੁੰਦੀ ਆ ਤੇ ਉਸ ਨੂੰ ਉਸਦੇ ਨਾਲ ਜੋੜ ਕੇ ਜਾ ਕੇ ਦੇਖਿਆ ਜਾ ਰਿਹਾ ਕਿ ਰਣਜੀਤ ਬਾਬਾ ਦੀ ਫੋਟੋ ਉਸ ਇਨਸਾਨ ਦੇ ਨਾਲ ਵਾਇਰਲ ਹੋ ਰਹੀ ਹੈ ਨਸ਼ਾ ਤਸਕਰ ਜੋ ਕਿ ਬਹੁਤ ਵੱਡੇ ਪੱਧਰ ਤੇ ਨਸ਼ਾ ਵੇਚ ਰਿਹਾ ਹੈ ਜੀ ਜੀ ਤੇ ਉਹ ਸਿਰਫ ਇੱਕ ਫੋਟੋ ਕੀ ਸੀ ਕਿ ਸ਼ੂਟਿੰਗ ਟਾਈਮ ਤੇ ਇੱਕ ਜਾਂਦੇ ਜਾਂਦੇ ਆਪਾਂ ਕਹਿ ਨਹੀਂ ਦਿੰਦਾ ਕਿ ਰਣਜੀਤ ਬਾਬਾ ਜੀ ਫੇਮਸ ਕਲਾਕਾਰ ਆ ਤੇ ਬੜੀਆ ਕਲਾਕਾਰ ਹੈ ਉਸ ਦੇ ਨਾਲ ਜਾਂਦੇ ਆਂਦੇ ਫੋਟੋ ਕਚਵਾਲੀ ਜੀ ਹੋ ਗਈ ਵਾਇਰਲ ਹੋ ਗਈ ਕਿਸੇ ਦੀ ਵੀ ਹੋ ਸਕਦੀ ਆ ਬਹੁਤ ਸਾਰੇ ਉਹ ਜਿਸੇ ਨਾਲ ਫੋਟੋ ਵਾਇਰਲ ਹੋਈ ਜਨਸ਼ਾ ਤਸਕਰ ਦੇ ਨਾਲ ਬਹੁਤ ਸਾਰੇ ਸਿਆਸੀ ਲੀਡਰਾਂ ਦੀਆਂ ਵੀ ਫੋਟੋਆਂ ਉਸ ਦੇ ਨਾਲ ਬਹੁਤ ਸਾਰੇ ਹੋਰ ਕਲਾਕਾਰਾਂ ਦੀਆਂ ਫੋਟੋਆਂ ਵੀ ਹੈਗੀਆਂ ਰਣਜੀਤ ਬਾਵੇ ਨੂੰ ਕਿਉਂ ਜੋੜ ਕੇ ਦੇਖਿਆ ਜਾ ਰਿਹਾ ਇਸ ਤੇ ਇੱਕ ਬਹੁਤ ਵੱਡੀ ਗੱਲ ਆ ਇਸ ਦੇ ਪਿੱਛੇ ਕੋਈ ਸਿਆਸੀ ਰਾਜ ਆ ਜਾਂ ਕੋਈ ਰੰਜਿਸ਼ ਫਾਜੀ ਕੱਢਣੀ ਚਾਹੁੰਦਾ ਉਸ ਦੇ ਨਾਲ ਜਾਂ ਕੋਈ ਤੁਹਾਨੂੰ ਮੀਨਸ ਮੈਂ ਤੁਹਾਨੂੰ ਟੋਕਣਾ ਚਾਹਾਂਗੀ ਤੁਹਾਨੂੰ ਲੱਗਦਾ ਹੈ ਕਿ ਇੱਕ ਤਸਵੀਰ ਵਾਇਰਲ ਹੋਣ ਦੇ ਨਾਲ ਅਸੀਂ ਰਣਜੀਤ 바ਵਾ ਤੇ ਆ ਦੋਸ਼ ਲਗਾ ਸਕਦੇ ਹਾਂ ਕਿ ਹਾਂ ਉਹ ਨਸ਼ਾ ਤਸਕਰ ਨੇ ਮਤਲਬ ਕਿ ਉਹਨਾਂ ਦੇ ਸੰਬੰਧ ਹੋ ਸਕਦੇ ਨੇ ਜਾਂ ਫਿਰ ਉਹ ਇਸ ਕਾਰੋਬਾਰ 'ਚ ਹੋ ਸਕਦੇ ਨੇ ਇਸ ਤੇ ਉੱਤੇ ਤੁਹਾਡਾ ਕੀ ਵਿਚਾਰ ਹੈ ਕਿ ਤਸਵੀਰ ਵਾਇਰਲ ਹੋਣ ਦੇ ਨਾਲ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹੋਰ ਵੀ ਕਈ ਸਿਆਸਤਦਾਨ ਨੇ ਕਲਾਕਾਰ ਨੇ ਉਹਨਾਂ ਦੀਆਂ ਵੀ ਤਸਵੀਰਾਂ ਵਾਇਰਲ ਹੋ ਚੁੱਕੀਆਂ ਨੇ ਤੁਹਾਨੂੰ ਕੀ ਇਹ ਸਾਰਾ ਸਿਆਸੀ ਖੇਡ ਲੱਗ ਰਿਹਾ ਹੈ ਜਾਂ ਫਿਰ ਕੋਈ ਰੰਜਸ਼ ਹੈ ਜੋ ਕੱਢੀ ਜਾ ਰਹੀ ਹੈ ਕਿਸੇ ਸਿਆਸੀ ਪਾਰਟੀ ਦਾ ਹੱਥ ਦੇਖੋ ਜੀ ਰਣਜੀਤ 바ਵਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਹਟਿਆ ਕਿ ਪੰਜਾਬ ਦਾ ਪੁੱਤਰ ਆ ਪੰਜਾਬ ਦੇ ਹੱਕਾਂ ਦੇ ਲਈ ਗੱਲ ਕਰਦਾ ਜਿਹੜੀ ਉਹਨਾਂ ਦੀ ਜ਼ੁਬਾਨ ਚੋਂ ਨਿਕਲੇ ਹੋਏ ਸ਼ਬਦ ਜੀ ਮੈਂ ਕਹਿ ਸਕਦਾ ਕਿ ਭਾਵੇਂ ਜਿਨ੍ਹਾਂ ਨੂੰ ਨਹੀਂ ਚੰਗੇ ਲੱਗਦੇ ਵਿਰੋਧੀਆਂ ਦੇ ਛੀਨਾ ਛੱਲੀ ਛੱਲੀ ਕਰਦੇ ਹੋਣ ਜੀ ਜੀ ਪਰ ਗੱਲ ਦੇਖੋ ਉਸ ਨੂੰ ਸੁਣੋ ਸੁਣ ਕੇ ਉਸ ਨੂੰ ਅਮਲ ਕਰੋ ਉਸ ਦੇ ਵਿਚਾਰ ਚਰਚਾ ਕਰੋ ਕਿ ਰਣਜੀਤ ਬਾਵਾ ਗੱਲ ਆਪਣੇ ਕਰਦਾ ਗੱਲਾਂ ਕਰਦਾ ਕਿ ਸਹੀ ਹੈ ਜਾਂ ਗਲਤ ਹੈ ਜੇ ਉਸ ਨੂੰ ਪੂਰਾ ਅਮਨ ਕਰੂੰਗੇ ਤੁਸੀਂ ਉਸ ਗਾਣੇ ਤੇ ਅਮਨ ਕਰੂੰਗੇ ਤਾਂ ਆਟੋਮੈਟਿਕ ਤੁਹਾਨੂੰ ਲੱਗਣਾ ਕਿ ਪੰਜਾਬ ਦੇ ਹੱਕਾਂ ਦੇ ਲਈ ਗਾਣਾ ਗਾਇਆ ਹੈ ਠੀਕ ਹੈ ਹੁਣ ਇਹ ਦੇਖਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਰਣਜੀਤ ਬਾਵਾ ਨੂੰ ਜਿਹੜਾ ਸਿਆਸੀ ਕੋਈ ਸਿਆਸਤਦਾਨ ਜੀ ਜੀ ਕੋਈ ਰੰਜਿਸ਼ ਬਾਜੀ ਦੇ ਨਾਲ ਜੀ ਕੋਈ ਉਸ ਦੇ ਮੁੱਦੇ ਤੋਂ ਪੜਕਾਉਣਾ ਚਾਹੁੰਦਾ ਜਾਂ ਤਾਂ ਜੋ ਆਪਣੇ ਗਾਣਿਆਂ ਦੇ ਵਿੱਚ ਜਿਹੜਾ ਪੰਜਾਬ ਦੇ ਮੁੱਦਿਆਂ ਨੂੰ ਉੱਚਾ ਨਾ ਚੱਕ ਸਕੇ ਜੀ ਅਕਸਰ ਦੇਖਿਆ ਜਾਂਦਾ ਰਣਜੀਤ ਬਾਵਾ ਪੰਜਾਬੀ ਭਾਸ਼ਾ ਤੇ ਹੋ ਗਿਆ ਪੰਜਾਬ ਦੇ ਇਤਿਹਾਸ ਤੇ ਹੋ ਗਿਆ ਪੰਜਾਬ ਦੇ ਪਾਣੀਆਂ ਤੇ ਹੋ ਗਿਆ ਤੇ ਆਪਣੇ ਹੋਰ ਬਹੁਤ ਸਾਰੇ ਮੁੱਦੇ ਅਕਸਰ ਗਾਣਿਆਂ ਦੇ ਵਿੱਚ ਜਿਹੜਾ ਚੱਕਦਾ ਕਿਉਂਕਿ ਇੱਕ ਸਿੰਗਰ ਵੀ ਪੱਤਰਕਾਰ ਦੀ ਨਿਗਾਹ ਦੇ ਨਾਲ ਦੇਖਦਾ ਕਿ ਜੋ ਕਿ ਪੰਜਾਬ ਦੇ ਵਿੱਚ ਮੁੱਦੇ ਆ ਸਿੰਗਰ ਵੀ ਉਹਨੂੰ ਚੱਕ ਸਕਦਾ ਤੇ ਜ਼ਰੂਰੀ ਨਹੀਂ ਪੱਤਰਕਾਰ ਹੀ ਇੱਕ ਜਿਹੜਾ ਮੁੱਦੇ ਨੂੰ ਚੱਕੇ ਜੀ ਜੀ ਕਿਉਂਕਿ ਸਿੰਗਰ ਨੂੰ ਜਿਹੜਾ ਜੂਥ ਆ ਬਹੁਤ ਜ਼ਿਆਦਾ ਫੋਲੋ ਕਰਦਾ ਅੱਜ ਦੇ ਟਾਈਮ ਦੇ ਵਿੱਚ ਜੂਥ ਨੂੰ ਜਿਹੜਾ ਇਦਾਂ ਦੇ ਸਿੰਗਰਾਂ ਦੀ ਲੋੜ ਆ ਤਾਂ ਜੋ ਜਿਹੜੇ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਪਾਣੀਆਂ ਨੂੰ ਪੰਜਾਬੀ ਭਾਸ਼ਾ ਨੂੰ ਇਤਿਹਾਸ ਨੂੰ ਜਿਹੜਾ ਗੀਤਾਂ ਦੇ ਵਿੱਚ ਗਾਉਣ ਤਾਂ ਜੋ ਉਤੇ ਪੰਜਾਬ ਦੇ ਨੌਜਵਾਨ ਅਮਲ ਕਰਨ ਪਰਮਜੀ ਜਿਵੇਂ ਤੁਸੀਂ ਸਵਾਲ ਚੱਕਿਆ ਤੁਸੀਂ ਜ਼ਿਕਰ ਕੀਤਾ ਕਿ ਅਕਸਰ ਹੀ ਉਹਨਾਂ ਦੇ ਜਿਹੜੇ ਗੀਤ ਨੇ ਉਹ ਪੰਜਾਬ ਨੂੰ ਜੋ ਸਮਾਜ ਆ ਉਸ ਨੂੰ ਇੱਕ ਚੰਗੀ ਦਿਸ਼ਾ ਵੱਲ ਲੈ ਕੇ ਜਾਣ ਵਾਲੇ ਗੀਤ ਹੁੰਦੇ ਨੇ ਉਹਨਾਂ ਦੇ ਅਜਿਹੇ ਬੋਲ ਹੁੰਦੇ ਨੇ ਗੀਤਾਂ ਦੇ ਵਿੱਚ ਉਹਨਾਂ ਦੇ ਪਿੱਛੇ ਜਿਹੜੇ ਕੁਝ ਅਜਿਹੇ ਗੀਤ ਵੀ ਆਏ ਸਨ ਜਿਸ ਕਰਕੇ ਉਹ ਕਾਫੀ ਵਿਵਾਦਾਂ ਦੇ ਵਿੱਚ ਰਹੇ ਉਹਨਾਂ ਨੂੰ ਮਾਫੀ ਤੱਕ ਵੀ ਮੰਗਣੀ ਪਈ ਸੀ ਤੁਹਾਨੂੰ ਯਾਦ ਹੋਵੇਗਾ ਲੋਕਡਾਊਨ ਦੇ ਵਿੱਚ ਉਹਨਾਂ ਦਾ ਇੱਕ ਗੀਤ ਆਇਆ ਸੀ ਜਿਸ ਦੇ ਚੱਲਦੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਬਕਾਇਦਾ ਉਹਨਾਂ ਨੂੰ ਮਾਫੀ ਮੰਗਣੀ ਪਈ ਸੀ ਜਿਸ ਤੋਂ ਬਾਅਦ ਜੋ ਹੈ ਮਾਹੌਲ ਥੋ ਜੋਨ ਦੇ ਗੀਤ ਨੇ ਉਹਨੇ ਸਮਾਜ ਨੂੰ ਇੱਕ ਚੰਗੀ ਦਿਸ਼ਾ ਪ੍ਰਦਾਨ ਕਰਨ ਵਾਲੇ ਗੀਤ ਪਰ ਹੁਣ ਇੱਕ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੁਝ ਵੀ ਹੋ ਸਕਦਾ ਹੈ ਇਸ ਦੇ ਪਿੱਛੇ ਕੋਈ ਸਿਆਸੀ ਪਾਰਟੀ ਵੀ ਆਪਣੀ ਰੰਜਿਸ਼ ਕਰ ਸਕਦੀ ਹੈ ਜਾਂ ਫਿਰ ਉਹ ਵੀ ਲੋਕ ਹੋ ਸਕਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਗੀਤ ਪਸੰਦ ਨਹੀਂ ਜਾਂ ਉਸ ਚਾਹਦੇ ਹੁਣ ਕਿ ਯੂਥ ਉਹਨਾਂ ਦੇ ਵਾਲੀ ਰਵੇ ਜਿਵੇਂ ਉਹ ਬਾਕੀ ਗੀਤ ਗਾਉਂਦੇ ਨੇ ਕਿ ਰਣਜੀਤ ਬਾਵਾ ਵੱਲ ਉਹ ਜੋ ਯੂਥ ਹੈ ਉਹ ਨਾ ਜਾ ਸਕੇ ਸਮਾਜ ਨੂੰ ਇੱਕ ਚੰਗੀ ਦਿਸ਼ਾ ਨਾ ਮਿਲ ਸਕੇ ਸਿਆਸੀ ਪਾਰਟੀਆਂ ਹੈ ਜਾਂ ਨਹੀਂ ਹੈ ਤੇ ਚਲੋ ਬਾਅਦ ਦੀ ਗੱਲ ਹੈ ਜਾਂਚ ਪੜਤਾਲ ਹੋਏਗੀ ਤਾਂ ਸਾਹਮਣੇ ਆਵੇਗਾ ਪਰ ਜੋ ਰਣਜੀਤ ਬਾਵਾ ਦੇ ਅਕਸਰੀ ਜਿਉ ਆਪਾਂ ਗੀਤ ਸੁਣਦੇ ਆਏ ਆ ਤੁਹਾਨੂੰ ਲੱਗਦਾ ਹੈ ਕਿ ਉਹ ਸ਼ਖਸ ਜੋ ਪੰਜਾਬ ਨੂੰ ਜੋ ਸਮਾਜ ਨੂੰ ਇੱਕ ਚੰਗੀ ਦਿਸ਼ਾ ਪ੍ਰਦਾਨ ਕਰਨ ਦੀ ਲਗਾਤਾਰ ਹੀ ਕੋਸ਼ਿਸ਼ ਕਰ ਰਿਹਾ ਹੈ ਕਿਸਾਨਾਂ ਦਾ ਆਪਾਂ ਪ੍ਰਦਰਸ਼ਨ ਵੇਖ ਰਹੇ ਆਂ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਪੂਰੀ ਹੀ ਵੈਸੇ ਦਾ ਪੰਜਾਬੀ ਜੋ ਇੰਡਸਟਰੀ ਹੈ ਉਸ ਇੰਡਸਟਰੀ ਜੋ ਹੈ ਉਹ ਸ਼ਾਮਲ ਹੈ ਰਣਜੀਤ ਬਾਵਾ ਵੀ ਆਪਣਾ ਇੱਕ ਅੱਛਾ ਰੋਲ ਜੋ ਹੈ ਉਹ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਕੀ ਲੱਗ ਰਿਹਾ ਹੈ ਕਿ ਵਾਕਿਆਤ ਵਿੱਚ ਉਹਨਾਂ ਨੂੰ ਫਸਾਣ ਦੀ ਕੋਸ਼ਿਸ਼ ਹੋ ਰਹੀ ਹੈ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਜੀ ਹਾਂ ਬਿਲਕੁਲ ਮੈਂ ਤੇ ਇਹ ਕਹਾਂਗਾ ਕਿ ਬਹੁਤ ਵੱਡੀ ਸਾਜ਼ਿਸ਼ ਹੈ ਜਦੋਂ ਸੰਘਰਸ਼ ਦੀ ਜਿਹੜੀ ਸ਼ੁਰੂਆਤ ਹੋਈ ਸੀਗੀ ਬਟਾਲਾ ਦੇ ਵਿੱਚ ਸਭ ਤੋਂ ਪਹਿਲਾਂ ਰਣਜੀਤ ਬਾਵਾ ਨੇ ਪੂਰੀ ਇੰਡਸਟਰੀ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਬਟਾਲਾ ਦੇ ਵਿੱਚ ਬਹੁਤ ਵੱਡਾ ਰੋਸ ਪ੍ਰਦਰਸ਼ਨ ਜਿਹੜੀ ਇਹ ਲਹਿਰ ਚਲਾਈ ਸਾਰੇ ਕਲਾਕਾਰਾਂ ਨੂੰ ਇਕੱਠਾ ਕਰਕੇ ਇੱਕ ਮੰਚ ਤੇ ਤੇ ਆਪਾਂ ਕਿਸਾਨਾਂ ਦਾ ਸਾਥ ਦਈਏ ਅੱਗੇ ਚੱਲੀਏ ਅੱਗੇ ਵਧ ਕੇ ਜਿਹੜਾ ਕਿਸਾਨਾਂ ਦੇ ਹਿੱਤਾਂ ਦੇ ਲਈ ਪੰਜਾਬ ਦੇ ਹਿੱਤਾਂ ਦੇ ਲਈ ਕਿਸਾਨ ਵਿਰੋਧੀ ਜਿਹੜਾ ਬੈਲ ਕਾਨੂੰਨ ਬਿੱਲ ਪਾਸ ਹੋਇਆ ਉਹਦੇ ਹੱਕ ਦੇ ਲਈ ਕਿਸਾਨਾਂ ਦੇ ਲਈ ਪੰਜਾਬ ਦੇ ਲਈ ਆਪਾਂ ਆਵਾਜ਼ ਬੁਲੰਦ ਕਰੀਏ ਤੇ ਸਾਰੇ ਸਾਰੇ ਜਿਹੜੇ ਆਪਣੇ ਕਿਸਾਨ ਵੀ ਆ ਸਿੰਗਰ ਵੀ ਪਹਿਲਾਂ ਅਗਲੇ ਕਿਸਾਨ ਆ ਸਾਰੇ ਸਿੰਗਰ ਪਹਿਲਾਂ ਕਿਸਾਨ ਆ ਬਾਅਦ ਚ ਜਿਹੜੇ ਹੈਗੇ ਸਿੰਗਰ ਆ ਸਾਰਿਆਂ ਦਾ ਇਹ ਕਹਿਣਾ ਜਦੋਂ ਰਣਜੀਤ ਬਾਵਾ ਨੇ ਉੱਥੇ ਸਾਰਾ ਇਕੱਠ ਕੀਤਾ ਇਕੱਠ ਕਰਨ ਤੋਂ ਬਾਅਦ ਹੌਲੀ ਹੌਲੀ ਚੱਲਿਆ మేబీ ਹੋ ਸਕਦਾ ਕਿ ਤੇ ਨਾ ਕਿਤੇ ਜਿਹੜਾ ਇਹ ਜਿਹੜੀ ਆ ਆਵਾਜ਼ ਜਿਹੜੀ ਹਮੇਸ਼ਾ ਬਲੰਦ ਆਵਾਜ਼ ਆ ਰਣਜੀਤ ਬਾਵਾ ਦੀ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ ਇਤਿਹਾਸ ਦੇ ਬਾਰੇ ਜਿੱਦਾਂ ਰਣਜੀਤ ਬਾਵਾ ਗੱਲ ਕਰਦਾ ਹੁੰਦਾ ਆਪਣੇ ਗਾਣਿਆਂ ਦੇ ਵਿੱਚ ਉਸ ਤਰੀਕੇ ਦੀਆਂ ਗੱਲਾਂ ਬਾਤਾਂ ਹੋ ਸਕਦੀਆਂ ਰਣਜੀਤ ਬਾਵਾ ਦੇ ਜੋ ਗਾਣੇ ਨੇ ਅਕਸਰ ਹੀ ਉਹ ਜੋ ਨਸ਼ੇ ਦੀ ਗੱਲ ਹੈ ਉਹ ਵੀ ਕਰਦੇ ਨੇ ਕਿ ਨਸ਼ੇ ਤੋਂ ਪੰਜਾਬ ਦਾ ਜੋ ਯੂਥ ਹੈ ਉਹ ਦੂਰ ਰਹੇ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਨੇ ਇੱਕ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਜੋ ਗੀਤ ਉਹਨਾਂ ਗੀਤਾਂ ਵਿੱਚ ਵੀ ਜ਼ਿਕਰ ਕਰਦੇ ਨੇ ਕਿ ਸਰਕਾਰਾਂ ਹੀ ਨਸ਼ਾ ਜੋਨੇ ਉਹ ਵੇਚਉਂਦੀਆਂ ਨੇ ਸਰਕਾਰਾਂ ਦਾ ਹੀ ਇਸ ਦੇ ਪਿੱਛੇ ਹੱਥ ਹੈ ਕੀ ਲੱਗ ਰਿਹਾ ਕਿ ਜੋ ਸਰਕਾਰਾਂ ਨੂੰ ਸਿੱਧਾ ਹਿੱਟ ਕਰਦੇ ਨੇ ਕੋਈ ਇਹ ਆਪਣੀ ਕੋਈ ਰੰਜਿਸ਼ ਕੱਢ ਰਿਹਾ ਕੋਈ ਕਿਸੇ ਦੀ ਚਾਲ ਹੋ ਸਕਦੀ ਹੈ ਜਾਂ ਫਿਰ ਉਹ ਲੋਗ ਨੇ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਕਿ ਕੋਈ ਉਹ ਲੋਕ ਜੋ ਰੰਜਸ਼ ਉਹਨਾਂ ਦੇ ਨਾਲ ਪੁਰਾਣੀ ਰੰਜਸ਼ ਕਰ ਰਹੇ ਨੇ ਕਿਉਂਕਿ ਰਣਜੀਤ ਬਾਵਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਤਸਵੀਰ ਵਾਇਰਲ ਹੋਣ ਦੇ ਨਾਲ ਕਿਉਂਕਿ ਉਸ ਸ਼ਖਸ ਦੇ ਨਾਲ ਜਿਸ ਦੇ ਪਿੱਛੇ ਖੰਨਾ ਲੁਧਿਆਣਾ ਦੀ ਪੁਲਿਸ ਬਕਾਇਦਾ ਉਸ ਨੂੰ ਲੱਭ ਰਹੀ ਸੀ ਜਾਂ ਕਹਿ ਸਕਦੇ ਆ ਕਿ ਉਹਨਾਂ ਦੇ ਦਿਮਾਗ 'ਚ ਹੀ ਨਹੀਂ ਸੀ ਇਸ ਨਸ਼ਾ ਤਸਕਰ ਦੇ ਬਾਰੇ ਕਿਉਂਕਿ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਉਹਨਾਂ ਦੀਆਂ ਪਹਿਲਾਂ ਵੀ ਹੋਰ ਕਾਫੀ ਤਸਵੀਰਾਂ ਨੇ ਜੋ ਹੋਰ ਕਲਾਕਾਰਾਂ ਨਾਲ ਤੇ ਜੋ ਸਿਆਸਤਦਾਨ ਨੇ ਉਹਨਾਂ ਦੇ ਨਾਲ ਵਾਇਰਲ ਹੋ ਚੁੱਕੀਆਂ ਨੇ ਫਿਰ ਸੇ ਫਿਰ ਬਾਰ ਬਾਰ ਉਹੀਸ ਵਾਲਾ ਕਿ ਰঞ্জੀਤ 바ਵਾ ਨੂੰ ਹੀ ਕਿਉਂ ਨਿਸ਼ਾਨਾ ਜੋ ਹੈ ਉਹ ਇਸ ਚੀਜ਼ ਤੇ ਬਣਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਮਤਲਬ ਲਗਾਤਾਰ ਪਿਛਲੇ ਕੁਝ ਦਿਨਾ ਤੋਂ ਲਗਾਤਾਰ ਹੀ ਉਹਨਾਂ ਦੇ ਪਿੱਛੇ ਕਹਿ ਲਿਆ ਕਿ ਇੱਕ ਸਮੂਹ ਬਣ ਕੇ ਜੋ ਇੱਕ ਕਹਿ ਲਿਆ ਕਿ ਇੱਕ ਸਮੂਹ ਹੈ ਜੋ ਉਹਨਾਂ ਨੂੰ ਟਾਰਗੇਟ ਕਰ ਰਿਹਾ ਹੈ ਕਿ ਹਾਂ ਰঞ্জੀਤ 바ਵਾ ਦੀ ਤਸਵੀਰ ਅਖਰਕਾਰ ਇਸ ਨਸ਼ਾ ਤਸਕਰ ਦੇ ਨਾਲ ਵਾਇਰਲ ਕਿਉਂ ਹੋਈ ਜਦ ਸਿਆਸਤਦਾਨਾਂ ਦੀ ਹੁੰਦੀ ਹੈ ਤੇ ਉਸ ਵੇਲੇ ਸਾਰਾ ਜੋ ਮਾਮਲਾ ਉਸ ਨੂੰ ਕਿਉਂ ਘੁਮਾ ਫਿਰਾ ਦਿੱਤਾ ਜਾਂਦਾ ਹੈ ਦੇਖੋ ਜੀ ਇੱਕ ਗਾਣਾ ਆਇਆ ਸੀਗਾ ਰঞ্জੀਤ 바ਵਾ ਦਾ ਕੁਝ ਸਮਾਂ ਪਹਿਲਾਂ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਹੀ ਤਸ਼ਰੀਆਮ ਵਿਕਦਾ ਸਰਕਾਰਾਂ ਹੀ ਵਕਾਉਂਦੀਆਂ ਨੇ ਨਸ਼ਾ ਤਾਂ ਹੀ ਤਸ਼ਰੀਆਮ ਵਿਕਦਾ ਜੀ ਜੀ ਇੱਥੇ ਇੱਕ ਸਵਾਲ ਆ ਬਹੁਤ ਵੱਡਾ ਸਵਾਲ ਆ ਨਸ਼ਾ ਤਸਕਰ ਆ ਲੁਧਿਆਣੇ ਦਾ ਲੁਧਿਆਣੇ ਤੇ ਖੰਨੇ ਦੀ ਪੁਲਿਸ ਨੂੰ ਬਿਲਕੁਲ ਨਹੀਂ ਪਤਾ ਚਰੀਆਮ ਨਸ਼ਾ ਵੀ ਚਰੀਆ ਵੱਡੇ ਪੱਦਰ ਤੇ ਵੇਚ ਰਿਆ ਤੇ ਉਹ ਵੀ ਕਰੋੜਾਂ ਦੇ ਹਿਸਾਬ ਦੇ ਨਾਲ ਜਿਹੜਾ ਪੈਸਿਆਂ ਦੇ ਹਿਸਾਬ ਦੇ ਨਾਲ ਵੇਚ ਰਿਆ ਬਿਲਕੁਲ ਦੂਜੇ ਪਾਸੇ ਮਾਝੇ ਦੀ ਗੱਲ ਕਰੀਏ ਅੰਮ੍ਰਿਤਸਰ ਤੇ ਤਰਨ ਤਰਨ ਬਟਾਲਾ ਇਹਨਾਂ ਏਰੀਆ ਦੇ ਵਿੱਚ ਸ਼ਰਾਬ ਦੇ ਨਾਲ ਮੌਤਾ ਹੁੰਦੀਆਂ ਨੇ ਉਸ ਤੇ ਅਜੇ ਤੱਕ ਕੋਈ ਦੋਸ਼ੀ ਪਾਇਆ ਗਿਆ ਨਹੀਂ ਪਾਇਆ ਗਿਆ ਨਹੀਂ ਪਾਇਆ ਗਿਆ ਠੀਕ ਆ ਜਦ ਹੁਣ ਸਰਕਾਰ ਚਾਵੇ ਤਾਂ 5 ਮਿੰਟ ਲੱਗਣਗੇ 10 ਮਿੰਟ ਲੱਗਣਗੇ ਉਹਨਾਂ ਦੋਸ਼ੀਆਂ ਨੂੰ ਫੜ ਕੇ ਅੰਦਰ ਦੇਣ ਦੀ ਕਿਉਂ ਉਸ ਤੇ ਪਿੱਛੇ ਕਰਦੇ 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 ਸਭ ਕੁਝ ਪਿੱਛੇ ਛੱਡ ਦਿੱਤਾ 100 25 ਤੋਂ ਵੱਧ ਮੇਬੀ 125 ਮੌਤਾਂ ਹੋਈਆਂ ਉਸ ਦੇ ਵਿੱਚ ਜਿਹੜਾ ਮਾਝੇ ਏਰੀਆ ਦੇ ਵਿੱਚ ਹਜੇ ਤੱਕ ਕੋਈ ਵੀ ਜਿਹੜਾ ਹਜੇ ਤੱਕ ਜਿਹੜਾ ਦੋਸ਼ੀ ਨਹੀਂ ਪਾਇਆ ਗਿਆ ਨਹੀਂ ਸਾਹਮਣੇ ਆਇਆ ਕਿਉਂ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਆਪਣੇ ਬੰਦੇ ਆ ਕੁਝ ਜਿਹੜੇ ਆ ਉਹਨਾਂ ਦੇ ਵਿੱਚ ਜਿਹੜੇ ਹੈਗੇ ਸ਼ਾਮਿਲ ਆ ਉਹ ਨਹੀਂ ਉਹਨਾਂ ਨੇ ਦੱਸਨੇ ਨਹੀਂ ਸਾਹਮਣੇ ਲੈ ਕੇ ਆਉਣੇ ਅਗਲਾ ਫਿਰ ਗੀਤਕਾਰ ਆ ਸਾਡੀ ਪੱਤਰਕਾਰ ਦੀ ਆਵਾਜ਼ ਆ ਅਸੀਂ ਅਹੀਂ ਵੀ ਚੁੱਕ ਸਕਦਾ ਗੀਤਕਾਰ ਆ ਉਹ ਵੀ ਆਵਾਜ਼ ਚੁੱਕ ਸਕਦਾ ਕਿ ਸਰਕਾਰਾਂ ਬਕਾਉਂਦੀਆਂ ਚਿੱਟਾ ਤਾਂ ਹੀ ਤਾਂ ਸ਼ਰਿਆਮ ਵੀਕਦਾ ਜੀ ਸਰਕਾਰ ਚਾਵੇ ਤਾਂ ਫੜ ਕੇ ਅੰਦਰ ਦੇ ਸਕਦੀ ਹੈ ਬੰਦਿਆਂ ਨੂੰ ਜੀ ਜੀ 125 ਲੋਕਾਂ ਦੀ ਮੌਤ ਹੋ ਗਈ ਆ ਠੀਕ ਹੈ ਮਾਝੇ ਏਰੀਆ ਦੇ ਵਿੱਚ 125 ਲੋਕਾਂ ਦੀ ਮੌਤ ਹੋ ਗਈ ਇਹ ਕਿਸੇ ਨੂੰ ਕੀ ਗੱਲ ਕਿਸੇ ਨੂੰ ਇਹ ਨਹੀਂ ਪਤਾ ਕਿ ਨਸ਼ਾ ਪਾਉਣ ਵੇਚ ਰਿਹਾ ਜੀ ਜੀ ਉਸ ਏਰੀਆ 'ਚ ਫੈਕਟਰੀ ਕਿੱਥੇ ਆ ਕਿਵੇਂ ਕਿਵੇਂ ਸ਼ਰਾਬ ਪਹੁੰਚਾਈ ਜਾਂਦੀ ਆ ਜੇ ਠੇਕੇ ਤੋਂ ਲੈਂਦਾ ਹੋਵੇ ਬੰਦਾ ਤਾਂ ਸਿੱਧਾ ਕਹਿ ਦੇਵੇ ਕਿ ਬਾਈ ਠੇਕੇ ਤੋਂ ਲੈ ਕੇ ਆਇਆ ਸੀ ਸ਼ਰਾਬ ਉਸ ਠੇਕੇ ਦਾ ਠੇਕੇਦਾਰ ਕੌਣ ਹੈ ਫਿਰ ਠੇਕੇਦਾਰ ਨੂੰ ਅਗਲਾ ਜਾਊਗਾ ਉਹਨੂੰ ਜਿਹੜਾ ਠੇਕੇ ਤੇ ਦਿੱਤਾ ਹੋਇਆ ਉਹਦਾ ਮਾਲਕ ਕਿਹੜਾ ਵੀ ਆ ਹੈ ਜੀ ਠੀਕ ਹੈ ਫਿਰ ਤਾਂ ਡਾਇਰੈਕਟ ਬੜਾ ਪਰ ਜਿਹੜੀ ਘਰ ਘਰ ਜਾਣੀ ਹੈ ਸ਼ਰਾਬ ਉਹ ਉਹਦਾ ਕੀ ਗੱਲ ਪਤਾ ਨਹੀਂਗਾ ਉਸ ਏਰੀਏ ਦੇ ਐਮਐਲਏ ਨੂੰ ਨਹੀਂ ਪਤਾ ਉਸ ਏਰੀਏ ਦੇ ਐਮਪੀ ਨੂੰ ਨਹੀਂ ਪਤਾ ਉਸ ਏਰੀਏ ਦੇ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਪਤਾ ਸਭ ਪਤਾ ਹੁੰਦਾ ਸਰਕਾਰ ਨੂੰ ਵੀ ਪਤਾ ਹੁੰਦਾ ਇਹ ਜਿਹੜਾ ਕੰਨਾਂ ਤੇ ਪੱਟੀ ਬੰਨ ਕੇ ਹੈਨਾ ਇਹ ਸਾਰਾ ਕੁਝ ਕੰਨਾਂ ਕੇ ਸਲਮਾਰ ਕੇ ਬਸ ਖਤਮ ਇਹ ਕਿਤੇ ਨਾ ਕਿਤੇ ਜਦੋਂ ਕੋਈ ਸਵਾਲ ਜਦੋਂ ਕੋਈ ਗੀਤਕਾਰ ਸਵਾਲ ਚੁੱਕਦਾ ਆ ਕਿ ਸਰਕਾਰਾਂ ਬਕਾਉਂਦੀਆਂ ਚਿੱਟਾ ਤਾਂ ਹੀ ਤਾਂ ਸ਼ਰਿਆਮ ਬਿਕਦਾ ਹੁਣ ਇੱਕ ਜਿਹੜਾ ਡਰੱਗਸ ਵੇਚਣ ਵਾਲਾ ਸਮਗਲ ਰਿਆ ਉਹ ਵੱਡੇ ਪੱਧਰ ਤੇ ਸਮਗਲ ਸਮਗਲਿੰਗ ਕਰ ਰਿਹਾ ਲਗਾਤਾਰ ਕਰ ਰਿਹਾ ਕੀ ਗੱਲ ਖੰਨਾ ਪੁਲਿਸ ਨੂੰ ਨਹੀਂ ਸੀ ਪਤਾ ਪਤਾ ਸੀ ਕੀ ਗੱਲ ਲੁਧਿਆਣਾ ਪੁਲਿਸ ਨੂੰ ਨਹੀਂ ਪਤਾ ਪਤਾ ਸੀ ਵਿੱਚ ਬੰਦੇ ਹੁੰਦੇ ਸ਼ਾਮਿਲ ਜਿਹੜੇ ਕਿ ਉਸ ਨੂੰ ਬਚਾਉਣ ਵਾਲੇ ਵੀ ਸਿਆਸਤਦਾਨ ਦਾ ਜੇ ਹੱਥ ਹੁੰਦਾ ਆ ਤਾਂ ਹੀ ਤਾਂ ਉਹਨਾਂ ਨੂੰ ਬਚਾਇਆ ਜਾਂਦਾ ਨਹੀਂ ਤਾਂ ਸਾਡੀ ਨੌਜਵਾਨ ਪੀੜੀ ਆ ਨਸ਼ਿਆਂ ਵੱਲ ਜਾ ਰਹੀ ਆ ਇੱਕ ਕਲਾਕਾਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਹ ਕਲਾਕਾਰ ਬਾਰ-ਬਾਰ ਬਾਰ-ਬਾਰ ਆਵਾਜ਼ ਚੁੱਕਦਾ ਤੁਹਾਨੂੰ ਯਾਦ ਹੋਣਾ ਇੱਕ ਫਿਲਮ ਆਈ ਸੀ ਉੜਦਾ ਪੰਜਾਬ ਜੀ ਜਦੋਂ ਉੜਦਾ ਪੰਜਾਬ ਫਿਲਮ ਆਈ ਸੀ ਉਹਦੇ ਵਿੱਚ ਕੀ ਕੀ ਦਿਖਾਇਆ ਗਿਆ ਸੀ ਕਿ ਪੰਜਾਬ ਦੇ ਨੌਜਵਾਨ ਆ ਬਹੁਤ ਨਸ਼ਾ ਕਰਦੇ ਆ ਟੀਕੇ ਲਾਉਂਦੇ ਆ ਸਮੈਗ ਪੀਂਦੇ ਆ ਸ਼ਰਾਬ ਪੀਂਦੇ ਆ ਉਹ ਪੰਜਾਬ ਦਾ ਆ ਇਤਿਹਾਸ ਸੀਗਾ ਜੇ ਕੋਈ ਕਲਾਕਾਰ ਪੰਜਾਬ ਦਾ ਇਤਿਹਾਸ ਦਿਖਾਉਂਦਾ ਤੇ ਉਹਨੂੰ ਤੁਸੀਂ ਦਬਾਉਣ ਦੀ ਕੋਸ਼ਿਸ਼ ਕਿਉਂ ਕਰਦੇ ਆ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਤਾਂ ਸਿੱਧੀ ਸਪਸ਼ਟ ਸਾਫ਼ ਗੱਲ ਕਹੂੰਗਾ ਕਿ ਰਣਜੀਤ ਬਾਵੇ ਦੀ ਆਵਾਜ਼ ਨੂੰ ਜਿਹੜੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਤੇ ਇਹਦੇ ਪਿੱਛੇ ਉਸ ਦੇ ਕੋਈ ਉਸ ਨਾਲ ਖਾਰਖੰਦਾ ਜਿਹੜਾ ਜਾਂ ਕੋਈ ਸਿਆਸੀ ਜਿਹੜੀ ਪਾਰਟੀ ਆ ਜਿਹੜੀ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਕਿਉਂਕਿ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਆ ਸੰਘਰਸ਼ਾਂ ਦੇ ਵਿੱਚ ਕਿ ਬਦਲਾਅ ਹੋਣਾ ਚਾਹੀਦਾ ਬਦਲਾਅ ਸਾਡਾ ਸਾਫ਼ ਕਹਿਣਾ ਹੈ ਕਿ ਜੋ ਰਣਜੀਤ ਬਾਵਾ ਦੇ ਗਾਣੇ ਨੇ ਜੋ ਉਹਨਾਂ ਦੇ ਗੀਤ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਪੰਜਾਬ ਦੇ ਜੋ ਮੁੱਦੇ ਨੇ ਉਹਨਾਂ ਤੋਂ ਢਕਾਉਣ ਦੀ ਕੋਸ਼ਿਸ਼ ਹੈ ਉਹਨਾਂ ਤੋਂ ਢਕਾਉਣ ਦੀ ਕੋਸ਼ਿਸ਼ ਹੈ ਪੰਜਾਬ ਦੇ ਮੁੱਦਿਆਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਅਜ ਰਣਜੀਤ ਬਾਵਾ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਰਣਜੀਤ ਬਾਵਾ ਹਮੇਸ਼ਾ ਜੀ ਆਪਣੇ ਜਿਹੜੇ ਗਾਣਿਆਂ ਦਾ ਕਰਕੇ ਚਰਚਾ ਦੇ ਵਿੱਚ ਰਹਿੰਦਾ ਚਰਚਾ ਦੇ ਵਿੱਚ ਹਮੇਸ਼ਾ ਉਹੀ ਬੰਦਾ ਹੁੰਦਾ ਜੋ ਸੱਚ ਬੋਲਦਾ ਜਿਹੜਾ ਬੰਦਾ ਸੱਚ ਨਹੀਂ ਬੋਲਦਾ ਉਹ ਅਗਲੀ ਅਗਲੇ ਬੰਦੇ ਦਾ ਮੋਰਲੇ ਦਾ ਚਾਪਲੂਸ ਹੁੰਦਾ ਤੇ ਉਹ ਰਲ ਕੇ ਜੋ ਕੰਮ ਕਰਦਾ ਕਰੀ ਜਾਵੇ ਜਿਹੜਾ ਨਹੀਂ ਰਲਦਾ ਚਾਪਲੂਸਾਂ ਦੇ ਨਾਲ ਜਿਹੜਾ ਜਿਹੜਾ ਇੱਕ ਦੂਸਰੇ ਨਾਲ ਅਦਾਨ ਪ੍ਰਦਾਨ ਕਰਨਾ ਪੈਸਾ ਦੇ ਲਿਆ ਲੈ ਲਿਆ ਸਮਗਲਿੰਗ ਕਰ ਲਈ ਜਾ ਉਹ ਬੰਦਾ ਕਦੀ ਨਾ ਕਿਸੇ ਦੇ ਨਾਲ ਜੁੜਦਾ ਉਹਦੀ ਆਵਾਜ਼ ਹਮੇਸ਼ਾ ਬੁਲੰਦਿਆ ਬੁਲੰਦ ਰਹਿਣੀ ਆ ਉਸਨੇ ਆਵਾਜ਼ ਚੱਕਣੀਆਂ ਤੇ ਚੱਕਦੇ ਰਹਿਣਾ ਤੁਹਾਨੂੰ ਲੱਗਦਾ ਹੈ ਕਿ ਅਨਜੀਤ ਬਾਬਾ ਜੋ ਇਹ ਵਿਵਾਦਾਂ ਦੇ ਵਿੱਚ ਘਿਰੇ ਨੇ ਉਹ ਅਕਸਰ ਹੀ ਜੋ ਹੁਣ ਕਿਸਾਨਾਂ ਦੇ ਨਾਲ ਵੀ ਉਹ ਖੜੇ ਨਜ਼ਰ ਆ ਰਹੇ ਜਾਂ ਫਿਰ ਹੋਰ ਵੀ ਕੋਈ ਮੁੱਦਾ ਹੁੰਦਾ ਹੈ ਤੇ ਸਭ ਤੋਂ ਅੱਗੇ ਹੁੰਦੇ ਨੇ ਉਹਨਾਂ ਦੇ ਨਾਲ ਕੋਈ ਆ ਕੇ ਖੜੋਏਗਾ ਕੋਈ ਸਾਥ ਦੇਵੇਗਾ ਉਹਨਾਂ ਦਾ ਇਸ ਮੁੱਦੇ ਤੇ ਉਹਨਾਂ ਨੂੰ ਇਸ ਵਿਵਾਦ ਤੋਂ ਬਚਾਉਣ ਦੇ ਲਈ ਕੋਈ ਪੱਖ ਪੂਰੇਗਾ ਉਹਨਾਂ ਦਾ ਦੇਖੋ ਇਹ ਕੋਈ ਉਹਨੇ ਇਹ ਤਾਂ ਕੀਤਾ ਨਹੀਂ ਵੀ ਕਿਸੇ ਨੂੰ ਜਿੱਦਾਂ ਆਪਾਂ ਕਹਿ ਦਈਏ ਕੋਈ ਕ੍ਰਾਈਮ ਕਰ ਦਿੱਤਾ ਜੀ ਹੁਣ ਮੈਂ ਹੀ ਆ ਰਣਜੀਤ ਬਾਬਾ ਆਵੇ ਮੇਰਾ ਫੋਟੋ ਖਿਚਾ ਲਵੇ ਫੋਟੋ ਵਾਇਰਲ ਹੋ ਜਵੇ ਕੱਲ ਨੂੰ ਕੋਈ ਕਹਿ ਦੇ ਕੇ ਉਹ ਜੀ ਨਸ਼ਾ ਤਸਕਰ ਆ ਜੀ ਇਦਾਂ ਆ ਜੀ ਪਠਾ ਸਿੱਧਾ ਜੇ ਚਲੋ ਉਹ ਤਾਂ ਸਿਗਾ ਬੰਦਾ ਨਸ਼ਾ ਤਸਕਰ ਹੈਗਾ ਆ ਠੀਕ ਆ ਫੋਟੋ ਖਿਚਾ ਲਈ ਸ਼ੂਟਿੰਗ ਟਾਈਮ ਤੇ ਨਾਲ ਦੀ ਨਾਲ ਉਹ ਮੈਨੇਜਰ ਦਾ ਵੀ ਜਿਹੜਾ ਬਿਆਨ ਆਇਆ ਕਿ ਇਹ ਸ਼ੂਟਿੰਗ ਟਾਈਮ ਦੀ ਜਿਹੜੀ ਫੋਟੋ ਆ ਤੇ ਉਹ ਜਿਹੜੀ ਫੋਟੋ ਉਹਦੋਂ ਖਿਚਵਾਈ ਗਈ ਸੀ ਉਹ ਵਾਇਰਲ ਹੋਈ ਆ ਤੇ ਇਹਦਾ ਰঞ্জੀਤ ਬਾਵੇ ਦਾ ਕਿਸੇ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਸ਼ੂਟਿੰਗ ਟਾਈਮ ਤੇ ਫੋਟੋ ਖਿੱਚਵਾਈ ਗਈ ਸੀ ਉਹ ਵਾਇਰਲ ਹੋ ਗਈ ਰঞ্জੀਤ ਬਾਵੇ ਦਾ ਕਿਸੇ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਫੋਟੋ ਕੋਈ ਵੀ ਖਿੱਚਵਾ ਸਕਦਾ ਕੋਈ ਉਹਦਾ ਜਿਹੜਾ ਫੈਨ ਆ ਕੋਈ ਹੋਰ ਤਰੀਕੇ ਦਾ ਕੋਈ ਪੋਲੀਟਿਸ਼ਨ ਆ ਕੋਈ ਨਾਲ ਦੇ ਸਿੰਗਰ ਆ ਕੋਈ ਵੀ ਖਿੱਚਵਾ ਸਕਦਾ ਇਸ ਨੂੰ ਵਿਵਾਦ ਬਣਾਉਣਾ ਤੇ ਬਹੁਤ ਬੁਰੀ ਗੱਲ ਹੈ ਮੇਰਾ ਸਵਾਲ ਸੀ ਪਰਮ ਜੀ ਕਿ ਕੋਈ ਸਿੰਗਰ ਮਤਲਬ ਕੋਈ ਕਲਾਕਾਰ ਹੀ ਉਹਨਾਂ ਦਾ ਸਾਥ ਦੇਣ ਆਊਗਾ ਜਾਂ ਫਿਰ ਜਿਹੜਾ ਯੂਥ ਜਿਹਨਾਂ ਨੂੰ ਸੁੰਨਾ ਪਸੰਦ ਕਰਦਾ ਹੈ ਉਹਨਾਂ ਦੇ ਜੋ ਉਹਨਾਂ ਦੇ ਜੋ ਫੈਨਸ ਨੇ ਉਹ ਉਹਨਾਂ ਦਾ ਸਾਥ ਦੇਣ ਦੇ ਲਈ ਆਉਣਗੇ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜੋ ਪੰਜਾਬ ਪੁਲਿਸ ਆ ਉਹਨਾਂ ਤੇ ਵੀ ਤੁਸੀਂ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ ਕਿ ਜੋ ਪੰਜਾਬ ਪੁਲਿਸ ਜੋ ਸਰਕਾਰਾਂ ਨੇ ਉਹ ਵੀ ਕਿਤੇ ਨਾ ਕਿਤੇ ਜੋ ਸਾਰਾ ਨਸ਼ੇ ਦਾ ਗੇਮ ਹੈ ਇਸ ਦੇ ਵਿੱਚ ਇਸ ਜਾਲ ਚ ਵਿੱਚ ਉਹ ਵੀ ਮਿਲੀਆਂ ਹੋਈਆਂ ਨੇ ਕਿਉਂਕਿ ਉਸੇ ਉਹੀ ਸਾਰਾ ਜੋ ਹੈ ਗੇਮ ਹੈ ਉਸ ਨੂੰ ਚਲਾ ਰਹੀਆਂ ਨੇ ਸਵਾਲ ਐ ਸੀਗਾ ਕਿ ਜੋ ਰਣਜੀਤ ਬਾਵਾ ਨੇ ਉਹ ਅਕਸਰ ਹੀ ਲੋਕਾਂ ਦੇ ਲਈ ਖੜੇ ਹੁੰਦੇ ਨੇ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਨੇ ਆਪਣੇ ਗੀਤਾਂ ਦੇ ਰਾਹੀਂ ਜਾਂ ਫਿਰ ਕਬ ਸਿੱਧਾ ਆ ਕੇ ਹਿੱਕ ਤਾਨ ਕੇ ਖੜੋ ਜਾਂਦੇ ਨੇ ਕਿ ਹਾਂ ਮੈਂ ਇਸ ਬੰਦੇ ਦੇ ਨਾਲ ਹ ਕਿਉਂਕਿ ਇਹ ਸਹੀ ਹੈ ਉਹਨਾਂ ਦੇ ਨਾਲ ਕੋਈ ਹਿੱਕ ਤਾਨ ਕੇ ਖੜੋ ਹੋਏਗਾ ਕਿ ਹਾਂ ਰঞ্জੀਤ ਬਾਵਾ ਸਹੀ ਨੇ ਇਸ ਵਿਵਾਦ ਮਤਲਬ ਜੋ ਫੋਟੋ ਨੂੰ ਲੈ ਕੇ ਵਿਵਾਦ ਹੋਇਆ ਇਹ ਨਹੀਂ ਹੋਣਾ ਚਾਹੀਦਾ ਵਾਜ਼ਰ ਨਹੀਂ ਹੈ ਜੀ ਬਿਲਕੁਲ ਜਰੂਰ ਖੜੇ ਹੋਣਗੇ ਕਿਉਂਕਿ ਰਣਜੀਤ ਬਾਵਾ ਨੇ ਕਿ ਮੈਂ ਤੁਹਾਨੂੰ ਦੱਸਿਆ ਕਿ ਕੋਈ ਕ੍ਰਾਈਮ ਨਹੀਂ ਕੀਤਾ ਹੈਗਾ। ਜੀ ਜੀ। ਫੋਟੋ ਆ ਸਿੰਪਲ ਹੈ ਕਿਸੇ ਦੀ ਵੀ ਵਾਇਰਲ ਹੋ ਸਕਦੀ। ਇਸ ਨੂੰ ਇਸ਼ੂ ਬਣਾਉਣ ਦਾ ਕੋਈ ਜਿਆਦਾ ਵੱਡੀ ਮਤਲਬ ਕੋਈ ਜਿਆਦਾ ਸਿਆਣਪ ਵਾਲੀ ਗੱਲ ਨਹੀਂ ਹੈਗੀ। ਫੋਟੋ ਕਿਸੇ ਦੀ ਵੀ ਵਾਇਰਲ ਹੋ ਸਕਦੀ। ਫੋਟੋ ਤਾਂ ਹੋਰ ਵੀ ਬਹੁਤ ਸਾਰੇ ਜਿਹੜੀਆਂ ਹੈਗੀਆਂ ਸਿਆਸਤਦਾਨਾਂ ਦੀਆਂ ਵਾਇਰਲ ਹੋਈਆਂ ਉਸ ਸਮਗਲਰ ਦੇ ਨਾਲ ਫਿਰ ਇਹਦਾ ਮਤਲਬ ਕਿ ਉਹ ਵੀ ਸਮਗਲਰਾਂ ਦੇ ਨਾਲ ਮਿਲੇ ਹੋਏ ਆ। ਜੀ ਜੀ। ਠੀਕ ਹੈ। ਇਸ ਤਰ੍ਹਾਂ ਨਹੀਂ ਪੂਰੀ ਪੰਜਾਬੀ ਇੰਡਸਟਰੀ ਰঞ্জੀਤ ਬਾਬਾ ਦੇ ਨਾਲ ਆ ਰঞ্জੀਤ ਬਾਬਾ ਨੇ ਤੁਹਾਨੂੰ ਮੈਂ ਦੱਸਿਆ ਕਿ ਜਦੋਂ ਸੰਘਰਸ਼ ਦੀ ਲਹਿਰ ਸ਼ੁਰੂ ਹੋਈ ਸੀ ਰঞ্জੀਤ ਬਾਬਾ ਨੇ ਸਾਰੇ ਸਿੰਗਰਾਂ ਨੂੰ ਇਕੱਠੇ ਕੀਤਾ ਸੀ ਇਕੱਠੇ ਕਰਕੇ ਮਾਝੇ ਏਰੀਏ ਦੇ ਵਿੱਚ ਵੱਡਾ ਆਪਣੇ ਬਟਾਲੇ ਦੇ ਵਿੱਚ ਵੱਡਾ ਸਮਾਗਮ ਰੱਖਿਆ ਤੇ ਸਾਰਿਆਂ ਨੂੰ ਅਵੇਅਰ ਕੀਤਾ ਤੇ ਜਿਹੜੇ ਸਿੰਗਰ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਅਵੇਅਰ ਕਰ ਸਕਣ ਤੇ ਉਥੋਂ ਲਹਿਰ ਚੱਲੀ ਆ ਅਕਸਰ ਕਿਹਾ ਵੀ ਜਾ ਰਿਹਾ ਕਿ ਪੰਜਾਬ ਦੇ ਵਿੱਚ ਬਦਲਾਅ ਹੋਣਾ ਚਾਹੀਦਾ ਸਿੰਗਰਾਂ ਦੇ ਵੱਲੋਂ ਵੀ ਆਵਾਜ਼ਾਂ ਉੱਠੀਆਂ ਕਿਤੇ ਇਸ ਬਦਲਾਅ ਨੂੰ ਦਬਾਉਣ ਦੇ ਲਈ ਜਿਹੜਾ ਆ ਹਨਾ ਕਿਤੇ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਵੀ ਹੈ ਲੱਗ ਰਿਹਾ ਹੈ ਕਿ ਯੂਥ ਜੋ ਹੈ ਉਹ ਵੱਡੇ ਪੱਧਰ ਤੇ ਹੁਣ ਚੀਜ਼ਾਂ ਨੂੰ ਸਮਝਣ ਲੱਗ ਗਿਆ ਹੈ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਆ ਖੜੋਤਾ ਹੈ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ ਕਿਉਂਕਿ ਜਦੋਂ ਦਾ ਕਿਸਾਨਾਂ ਦੇ ਵੱਲੋਂ ਜੋ ਸੰਘਰਸ਼ ਸੀ ਉਹ ਕੀਤਾ ਜਾ ਰਿਹਾ ਸੀ ਕਿਤੇ ਕਿਤੇ ਜੋ ਸੱਤਾਧਾਰੀ ਨੇ ਜਾਂ ਫਿਰ ਵਿਰੋਧੀ ਨੇ ਉਹ ਵੀ ਇਹ ਸਮਝਦੇ ਨਹੀਂ ਕਿ ਜੋ ਯੂਥ ਹੈ ਉਹ ਕਾਫੀ ਸਮਝਦਾਰ ਹੋ ਚੁੱਕਾ ਹੈ ਅਵੇਅਰ ਹੋ ਚੁੱਕਾ ਹੈ ਤੇ ਕਿਤੇ ਯੂਥ ਜੋ ਹੈ ਜੋ ਬਦਲਾਅ ਦੀ ਗੱਲ ਕੀਤੀ ਜਾ ਰਹੀ ਹੈ ਕਿਤੇ ਇਦਾਂ ਦਾ ਹੀ ਬਦਲਾਅ ਨਾ ਹੋ ਜਵੇ ਕਿ ਸਾਡੀ ਹੀ ਕੁਰਸੀ ਹਿੱਲ ਜਾਵੇ ਲੱਗ ਰਿਹਾ ਤੁਹਾਨੂੰ ਕਿ ਜੋ ਕਿਸਾਨਾਂ ਦਾ ਇਹ ਅੰਦੋਲਨ ਜੋ ਸੰਘਰਸ਼ ਚੱਲ ਰਿਹਾ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਸ ਨੂੰ ਕਿਸਾਨ ਕਾਲਾ ਕਾਨੂੰਨ ਕਹਿ ਰਹੇ ਨੇ ਉਸ ਦੇ ਉੱਤੇ ਵੀ ਅਸਰ ਪਵੇਗਾ ਜੋ ਰਣਜੀਤ ਬਾਵਾ ਦਾ ਵਿਵਾਦ ਚੱਲ ਰਿਹਾ ਉਸ ਦੇ ਉੱਤੇ ਕੋਈ ਅਸਰ ਨਹੀਂ ਪੈਣ ਵਾਲਾ ਹੈਗਾ ਕਿਉਂਕਿ ਰਣਜੀਤ ਬਾਬਾ ਜੀ ਇੱਕ ਫੋਟੋ ਵਾਇਰਲ ਹੋਣ ਦੇ ਨਾਲ ਉਸ ਤੇ ਕੋਈ ਅਸਰ ਨਹੀਂ ਪੈਣਾ ਕਲਾਕਾਰ ਜਿੰਨੇ ਵੀ ਆ ਪੰਜਾਬੀ ਇੰਡਸਟਰੀ ਦੇ ਸਾਰੇ ਰਣਜੀਤ ਬਾਬਾ ਦੇ ਨਾਲ ਹੈ ਇੱਕਜੁੱਟ ਹੋ ਕੇ ਸਾਰੇ ਕਿਸਾਨੀ ਸੰਘਰਸ਼ਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕਰਨੀ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੀ ਕਿਸਾਨੀ ਦੇ ਲਈ ਔਰ ਆਪਣੀ ਮਿੱਟੀ ਦੇ ਲਈ ਆਵਾਜ਼ ਬੁਲੰਦ ਕਰਨੀ ਆ ਤਾਂ ਉਹ ਕਰਦੇ ਰਹਿਣਾ ਇਹ ਕੋਈ ਮਾਇਨੇ ਨਹੀਂ ਦਿਖਾਉਂਦਾ ਰਣਜੀਤ ਬਾਬਾ ਤੇ ਇਦਾਂ ਦੇ ਕਈ ਵਾਰ ਪਹਿਲਾਂ ਵੀ ਸਵਾਲ ਚੁੱਕੇ ਗਏ ਨੇ ਇਹ ਜਿਹੜੇ ਸਵਾਲ ਆ ਇਹ ਇਦਾਂ ਹੀ ਬਸ ਮਿੱਟੀ ਹੋ ਕੇ ਰਹਿ ਜਾਣੇ ਆ ਆਵਾਜ਼ ਪੰਜਾਬ ਦੇ ਪੱਤਰ ਦੀ ਹਮੇਸ਼ਾ ਬੁਲੰਦਿਆ ਤਾਂ ਬੁਲੰਦ ਰਹੇਗੀ ਮੈਨਸ ਕੀ ਲਾਸਟ ਦੇ ਵਿੱਚ ਜੋ ਗੱਲਬਾਤ ਦਾ ਨਿਚੋੜਾ ਪਾਇ ਕੱਢ ਸਕਦੇ ਹਾਂ ਕਿ ਰਣਜੀਤ ਬਾਵਾ ਦੀ ਜੋ ਇੱਕ ਤਸਵੀਰ ਵਾਇਰਲ ਹੋਈ ਹੈ ਉਸ ਦੇ ਉੱਤੇ ਇੰਨਾ ਜ਼ਿਆਦਾ ਵਿਵਾਦ ਜੋ ਖੜਾ ਕਰਨਾ ਵਾਜਬ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਜੋ ਸਿਆਸਤਦਾਨ ਨੇ ਉਹਨਾਂ ਦੀਆਂ ਵੀ ਕਈ ਤਸਵੀਰਾਂ ਜੋ ਨੇ ਜਿਹੇ ਨਸ਼ਾ ਵੱਡੇ ਨਸ਼ਾ ਤਸਕਰ ਨੇ ਜੋ ਉਹਨਾਂ ਦੇ ਨਾਲ ਵਾਇਰਲ ਹੋ ਚੁੱਕੀਆਂ ਨੇ ਅੰਮ੍ਰਿਤਸਰ ਦਾ ਪਰਮਜੀਤ ਤੁਹਾਨੂੰ ਯਾਦ ਹੋਵੇਗਾ ਕਿ ਜਦ ਇੱਕ ਫੈਕਟਰੀ ਦੇ ਵਿੱਚੋਂ ਕਾਫੀ ਮਾਤਰਾ ਦੇ ਵਿੱਚ ਵੱਡੀ ਮਾਤਰਾ 'ਚ ਜੋ ਨਸ਼ਾ ਸੀ ਉਹ ਬਰਾਮਦ ਕੀਤਾ ਗਿਆ ਸੀ ਉਸ ਵੇਲੇ ਜੋ ਸਿਆਸੀ ਆਗੂ ਸਨ ਉਹਨਾਂ ਦੀਆਂ ਤਸਵੀਰਾਂ ਉਸ ਸ਼ਖਸ ਦੇ ਨਾਲ ਵਾਇਰਲ ਹੋਈਆਂ ਸੀ ਉਸ ਵੇਲੇ ਬਹੁਤ ਹੜਕੰ ਸ਼ੋਕ ਸਮਾਪਤ ਕਰਨ ਲੱਗੇ ਆ ਤਾਂ ਤੁਸੀਂ ਐਂਡਿੰਗ ਕਰੋ ਤੇ ਜੋ ਆਪਣੇ ਵਿਚਾਰ ਨੇ ਜੋ ਸਾਡੇ ਦਰਸ਼ਕ ਦੇਖ ਰਹੇ ਨੇ ਉਹ ਰਹਾ ਤੱਕ ਇਹ ਰੱਖ ਸਕੋ ਪਹੁੰਚਾ ਸਕੋ ਕਿ ਜੋ ਰਣਜੀਤ 바ਵਾ ਨੇ ਉਹਨਾਂ ਦਾ ਜੋ ਇਹ ਵਿਵਾਦ ਹੈ ਇਹ ਵਾਜਬ ਨਹੀਂ ਹੈ ਔਰ ਜਾਣ ਬੁੱਝ ਕੇ ਜੋ ਮੁੱਦੇ ਨੇ ਪੰਜਾਬ ਦੇ ਜਾਂ ਫਿਰ ਪੰਜਾਬ ਦਾ ਜੋ ਯੂਥ ਹੈ ਉਹ ਸਮਝ ਨਾ ਸਕੇ ਨਾ ਚੀਜ਼ਾਂ ਨੂੰ ਉਹ ਸਾਰਾ ਕੁਝ ਦਬਾਉਣ ਦੇ ਲਈ ਹੀ ਜੋ ਰਣਜੀਤ 바ਵਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜੀ ਪਰ ਜੀ ਹਾਂ ਬਿਲਕੁਲ ਅਕਸਰ ਰਣਜੀਤ 바ਵਾ ਪੰਜਾਬ ਦੇ ਮੁੱਦਿਆਂ ਨੂੰ ਪਹਿਲਾਂ ਰੱਖਦਾ ਇਤਿਹਾਸ ਨੂੰ ਪਹਿਲਾਂ ਰੱਖਦਾ ਪੰਜਾਬੀ ਭਾਸ਼ਾ ਨੂੰ ਪੰਜਾਬ ਦੇ ਪਾਣੀਆਂ ਨੂੰ ਪਹਿਲਾਂ ਰੱਖਦਾ ਇੱਕ ਗਾਇਕ ਆ ਜਿਹੜਾ ਪੱਤਰਕਾਰ ਦੀ ਨਿਗਾਹ ਦੇ ਨਾਲ ਤੁਸੀਂ ਉਸ ਦੀ ਕਲਮ ਨੂੰ ਦੇਖੋ ਤੇ ਇੱਕ ਪੱਤਰਕਾਰ ਦੀ ਝਲਕ ਆਉਂਦੀ ਆ ਕਲਮ ਦੇ ਵਿੱਚੋਂ ਕਿ ਜੇ ਉਹ ਵੀ ਮੁੱਦੇ ਚੱਕਦਾ ਉਹ ਪੰਜਾਬ ਦੇ ਹੱਕਾਂ ਦੇ ਲਈ ਚੱਕਦਾ ਉਸ ਨੂੰ ਢੜਕਾਉਣ ਦੇ ਲਈ ਕੁਛ ਨਾ ਕੁਛ ਸਾਜ਼ਿਸ਼ ਹੋ ਸਕਦੀ ਆ ਜੇ ਨਸ਼ਾ ਤਸਕਰ ਫੜ ਹੋਇਆ ਤੇ ਉਸ ਨੇ ਰਣਜੀਤ ਬਾਵੇ ਦੇ ਬਾਰੇ ਕੁਛ ਕਿਹਾ ਨਹੀਂ ਜਾਂ ਉਹ ਉਸ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਕਾਰਨ ਨਹੀਂ ਹੈਗਾ ਕੁਝ ਲੈਣਾ ਨਹੀਂ ਕੋਈ ਦੇਣਾ ਨਹੀਂ ਪੁਲਿਸ ਨੇ ਨਸ਼ਾ ਤਸਕਰ ਨੂੰ ਫੜਿਆ ਆ ਉਹਦੇ ਉਸ ਤੋਂ ਅਗਰ ਜਦ ਨਸ਼ਾ ਤਸਕਰ ਨੇ ਇਹ ਨਹੀਂ ਕਿਹਾ ਕਿ ਰঞ্জੀਤ ਬਾਬਾ ਮਰਨਾ ਹੈਗਾ ਆ ਕਿੱਦਾਂ ਕਿੱਦਾਂ ਨਹੀਂ ਤੇ ਫਿਰ ਲੋਕ ਕਿਉਂ ਇਹ ਸਵਾਲ ਚ ਕਰ ਰਹੇ ਕਿ ਰঞ্জੀਤ ਬਾਬਾ ਦੀ ਫੋਟੋ ਜਿਹੜੀ ਆ ਵਾਇਰਲ ਹੋ ਰਹੀ ਆ ਹੋ ਸਕਦਾ ਇਹਦੇ ਨਸ਼ਾ ਤਸਕਰ ਦੇ ਨਾਲ ਸੰਬੰਧ ਹੋਣ ਕਿ ਕੁਝ ਕਿਸੇ ਤਰੀਕੇ ਦੇ ਵੀ ਹੋ ਸਕਦੇ ਠੀਕ ਆ ਇਸ ਨੂੰ ਸਵਾਲ ਨੂੰ ਚੁੱਕਣਾ ਬਿਲਕੁਲ ਵਾਜਿਬ ਨਹੀਂ ਹੈ ਇਸ ਨੂੰ ਬੰਦ ਕਰਨਾ ਚਾਹੀਦਾ ਰਣਜੀਤ ਬਾਵਾ ਆਲਵੇਜ਼ ਜਿਹੜਾ ਹਰ ਟਾਈਮ ਪੰਜਾਬ ਦੇ ਹੱਕਾਂ ਦੇ ਲਈ ਗੱਲ ਕਰਦਾ ਤੇ ਹਮੇਸ਼ਾ ਕਰਦਾ ਰਹੇਗਾ ਉਸ ਦੀ ਕਲਮ ਨੂੰ ਧਿਆਨ ਨਾਲ ਆਪਣੇ ਆਰਾਮ ਨਾਲ ਸੁਣ ਕੇ ਬੈਠ ਕੇ ਉਸ ਤੇ ਅਮਲ ਕਰੋ ਜੋ ਤੁਹਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਦਾ ਰਹੇਗਾ ਕਿ ਪੰਜਾਬ ਦੇ ਮੁੱਦਿਆਂ ਤੋਂ ਢਕਾਉਣ ਦੀ ਕੋਸ਼ਿਸ਼ ਬਾਰ-ਬਾਰ ਕੀਤੀ ਜਾ ਰਹੀ ਹੈ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਇਹ ਵਧੀਆ ਤੋਂ ਵਧੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਨਿ ਆਵਾਂਗੇ ਤੁਸੀਂ ਦੇਖਣਾ ਨਾ ਭੁੱਲਣਾ ਟੀਵੀ ਐਨ ਆਰ ਆਈ ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਜੇ ਅਗਰ ਤੁਹਾਨੂੰ ਵਧੀਆ ਲੱਗਾ ਤੇ ਇਸ ਨੂੰ ਸ਼ੇਅਰ ਤੇ ਲਾਈਕ ਜਰੂਰ ਕਰੋ ਕੱਲ ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ